ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਬੱਚਿਆਂ ਦੇ ਲਈ ਭੇਜੀ ਜਾਂਦੀ ਖੁਰਾਕ ਦੇ ਵਿੱਚ ਇੱਕ ਜ਼ਹਿਰੀਲਾ ਕੀੜਾ ਮਿਲਣ ਦੇ ਨਾਲ ਪੂਰੀ ਪ੍ਰਕਿਰਿਆ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ। ਖਬਰ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਤੋਂ ਸਾਹਮਣੇ ਆਈ ਹੈ। ਨਿਹਾਲ ਸਿੰਘ ਵਾਲਾ ਦੇ ਧੂੜਕੋਟ ਰਣਸੀ ਦੇ ਆਂਗਣਵਾੜੀ ਸੈਂਟਰ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਵੰਡਣ ਲਈ ਆਈ ਪੰਜੀਰੀ 'ਚ ਜ਼ਹਿਰੀਲਾ ਕੀੜਾ ਮਿਲਣ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਉਸਦਾ ਵਿਰੋਧ ਕਰਨ 'ਤੇ ਮਾਮਲਾ ਉਠਾਉਣ ਤੋਂ ਬਾਅਦ ਵਿਭਾਗ ਨੇ ਉਸਦਾ ਰਿਕਾਰਡ ਜ਼ਬਤ ਕਰ ਲਿਆ ਅਤੇ ਇਸ ਨਾਲ ਵਿਵਾਦ ਖੜ੍ਹਾ ਹੋ ਗਿਆ ਅਤੇ ਹੁਣ ਆਂਗਣਵਾੜੀ ਵਰਕਰ ਯੂਨੀਅਨ ਨੇ ਚੇਤਾਵਨੀ ਪੱਤਰ ਦਿੰਦਿਆਂ ਐਲਾਨ ਕੀਤਾ ਕਿ ਜੇਕਰ ਵਿਭਾਗ ਨੇ ਆਂਗਣਵਾੜੀ ਵਰਕਰਾਂ ਦੇ ਖਿਲਾਫ਼ ਕਾਰਵਾਈ ਕੀਤੀ ਤਾਂ ਉਹ ਸੰਘਰਸ਼ ਤੇਜ਼ ਕਰ ਦੇਣਗੇ। ਧੂੜਕੋਟ ਰਣਸੀ ਆਂਗਣਵਾੜੀ ਵਰਕਰ ਚਰਨਜੀਤ ਕੌਰ ਨੇ ਦੱਸਿਆ ਕਿ ਮਾਰਕਫੈੱਡ ਦੇ ਵੱਲੋਂ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਰਾਹੀਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਰੋਜ਼ਾਨਾ ਪੌਸ਼ਟਿਕ ਭੋਜਨ ਮੁਹੱਈਆ ਕਰਵਾਇਆ ਜਾਂਦਾ। ਇਸ ਵਿੱਚ ਪੰਜੀਰੀ ਅਤੇ ਹੋਰ ਸਮਾਨ ਵੀ ਹੁੰਦਾ ਅਤੇ ਉਹ ਵੀਰਵਾਰ ਨੂੰ ਜਦੋਂ ਉਹਨਾਂ ਨੇ ਪੰਜੀਰੀ ਦਾ ਪੈਕਟ ਖੋਲ੍ਹਿਆ ਤਾਂ ਉਸ ਦੇ ਵਿੱਚ ਇੱਕ ਜ਼ਹਿਰੀਲਾ ਕੀੜਾ ਦੇਖਿਆ ਗਿਆ। ਜਦੋਂ ਧੂੜਕੋਟ ਰਣਸੀ ਦੀ ਆਂਗਣਵਾੜੀ ਵਰਕਰ ਚਰਨਜੀਤ ਕੌਰ ਨੇ ਇਸ ਦੀ ਵੀਡੀਓ ਬਣਾ ਕੇ ਪੱਤਰਕਾਰਾਂ ਨੂੰ ਇਸ ਬਾਰੇ ਦੱਸਿਆ ਤਾਂ CDPO ਦਫ਼ਤਰ ਦੇ ਅਧਿਕਾਰੀ ਗੁੱਸੇ ਵਿੱਚ ਆ ਗਏ ਅਤੇ ਉਹਨਾਂ ਨੇ ਉੱਥੇ ਸਾਰਾ ਸਮਾਨ ਹਟਾਉਣ ਦੇ ਨਾਲ ਨਾਲ ਰਿਕਾਰਡ ਵੀ ਆਪਣੇ ਕਬਜ਼ੇ ਵਿੱਚ ਲੈ ਕੇ ਜ਼ਬਤ ਕਰ ਲਿਆ। ਕੀ ਨਾਮ ਹੈ ਜੀ ਤੁਹਾਡਾ? ਚਰਨਜੀਤ ਕੌਰ ਹੈ। ਕੀ ਡਿਊਟੀ ਹੈ ਜੀ ਤੁਹਾਡੀ? ਮੇਰੀ ਆਂਗਣਵਾੜੀ ਵਰਕਰ ਦੀ ਡਿਊਟੀ। ਕਿੱਥੇ ਡਿਊਟੀ ਹੈ ਜੀ ਤੁਹਾਡੀ? ਧੂੜਕੋਟ ਰਣਸੀ। ਕੱਲ ਇੱਕ ਸਕੂਲ ਦਾ ਹੀ ਮਾਮਲਾ ਆਇਆ ਜਿਹਦੇ ਵਿੱਚ ਖਾਣੇ ਦੇ ਵਿੱਚੋਂ ਕੀੜਾ ਨਿਕਲਿਆ, ਕੀ ਮਾਮਲਾ ਹੈ ਸਾਰਾ ਉਹ? ਸਰ ਖਾਣੇ ਦੇ ਵਿੱਚੋਂ ਜਿਹੜਾ ਕੀੜਾ ਨਿਕਲਿਆ ਉਹ ਅਸੀਂ ਪਹਿਲਾਂ, ਸਭ ਤੋਂ ਪਹਿਲਾਂ ਅਸੀਂ ਖਾਣਾ ਆਪ ਮੈਡਮ ਨੇ ਕਿਹਾ ਹੈਗਾ ਵੀ ਦਫ਼ਤਰ ਦੇ ਵਿੱਚੋਂ ਖਾਣਾ ਤੁਸੀਂ ਲਿਜਾਓਗੇ ਜਦੋਂ ਪਹਿਲਾਂ ਇੱਥੇ ਖਾਣਾ ਚੈੱਕ ਕਰਕੇ ਖਾ ਕੇ ਜਾਓ। ਅਸੀਂ ਉਹ ਖਾ ਲਿਆ, ਉਹ ਸਾਨੂੰ ਵਧੀਆ ਲੱਗਿਆ, ਅਸੀਂ ਆਖਿਆ ਵੀ ਜੇ ਇਹੀ ਖਾਣਾ ਦਓਗੇ ਤਾਂ ਅਸੀਂ ਬਣਾਵਾਂਗੇ ਤੇ ਨਹੀਂ ਵੀ ਅਸੀਂ ਬਣਾਉਣਾ ਨਹੀਂ। ਤੇ ਉਹ ਕਹਿੰਦੇ ਵੀ ਦਫ਼ਤਰ ਵਾਲੇ ਕਹਿੰਦੇ ਵੀ ਇਹੀ ਚੀਜ਼ ਆਊਗੀ ਤੇ ਮੈਂ ਉਹ ਇਹਨਾਂ ਦੇ ਕਹਿਣ ਤੇ ਦਫ਼ਤਰ ਵਾਲਿਆਂ ਦੇ ਕਹਿਣ ਤੇ ਮੈਡਮ ਦੇ ਕਹਿਣ ਤੇ ਮੈਂ ਖਾਣਾ ਖੋਲ ਲਿਆ, ਉਹ ਪੈਕਟ ਖੋਲ ਕੇ ਬਣਾਉਣ ਲੱਗੇ ਤੇ ਇਹਦੇ ਵਿੱਚੋਂ ਐਡਾ ਕੀੜਾ ਨਿਕਲਿਆ ਤੇ ਜਦੋਂ ਮੈਨੂੰ ਮੇਰੀ ਹੈਲਪਰ ਨੇ ਦੱਸਿਆ ਮੈਂ ਵੀ ਇਹਦੇ ਵਿੱਚ ਕੋਈ ਤਾਰ ਨਹੀਂ ਆ ਤੇ ਜਦੋਂ ਉਹ ਕਹਿੰਦੀ ਵੀ ਦੂਜੀ ਜਿਹੜੀ ਖਾਣਾ ਬਣਾਉਂਦੀ ਕੁੜੀ ਉਹ ਮੈਨੂੰ ਕਹਿੰਦੀ ਮੈਡਮ ਤਾਰ ਨਹੀਂ, ਕਹਿੰਦੀ ਮੈਨੂੰ ਦਿਖਾਇਓ, ਕਹਿੰਦੀ ਉਹ ਆ ਖੰਜ ਖੰਜੂਰਾ, ਉਵੇਂ ਉਹਦੇ ਲੱਤਾਂ ਬਣੀਆਂ ਹੋਈਆਂ ਸੀ, ਉਵੇਂ ਉਹਦਾ ਮੂੰਹ ਸੀਗਾ ਤੇ ਫਿਰ ਅਸੀਂ ਉੱਥੇ ਹੀ ਰੋਕਤਾ ਖਾਣਾ। ਉਹ ਇਹ ਕਿੱਥੋਂ ਆਉਂਦਾ ਖਾਣਾ ਤੁਹਾਨੂੰ ਸਾਰਾ? ਇਹ ਮਾਰਕਫੈੱਡ ਤੋਂ ਆਉਂਦਾ ਜੀ। ਤੇ ਅੱਗੇ ਵੀ ਕੋਈ ਇਦਾਂ ਦੀਆਂ ਸ਼ਿਕਾਇਤਾਂ ਆਈਆਂ? ਹਾਂਜੀ, ਜਦੋਂ ਖਾਣਾ ਨਵਾਂ ਆਇਆ ਅਸੀਂ ਇਹਨਾਂ ਦੇ ਧਿਆਨ 'ਚ ਲਿਆਂਦਾ ਸੀ ਵੀ ਇਹ ਖਾਣਾ ਲੋਕ ਪਸੰਦ ਨਹੀਂ ਕਰਦੇ, ਵੀ ਲੋਕ ਕਹਿੰਦੇ ਵੀ ਕੌੜਾ ਬਣਦਾ, ਖਿਚੜੀ ਵੀ ਸਾਨੂੰ ਵਧੀਆ ਨਹੀਂ ਲੱਗਦੀ, ਵੀ ਅਸੀਂ ਤਾਂ ਪਸ਼ੂਆਂ ਨੂੰ ਪਾਉਂਦੇ ਹਾਂ। ਤੁਹਾਡੀ ਹੁਣ ਕੀ ਮੰਗ ਹੈ? ਸਾਡੀ ਮੰਗ ਇਹੀ ਹੈ ਜੀ ਵੀ ਸਾਨੂੰ ਖਾਣਾ, ਸਾਡੇ ਬੱਚਿਆਂ ਨੂੰ, ਗਰੀਬ ਪਰਿਵਾਰਾਂ ਦੇ ਬੱਚੇ ਆ, ਵੀ ਅਸੀਂ ਉਹਨਾਂ ਦਾ ਵਿਕਾਸ ਕਰਦੇ ਹਾਂ, ਉਹਨਾਂ ਦਾ ਵਿਨਾਸ਼ ਥੋੜ੍ਹੀ ਕਰਨਾ। ਜੇ ਅਸੀਂ ਮੰਨ ਲਓ ਕੱਲ੍ਹ ਖਾਣਾ ਬਣਾ ਕੇ ਦੇ ਦਿੰਦੇ, ਸਾਨੂੰ ਨਾ ਪਤਾ ਲੱਗਦਾ ਪੈਕਟ ਦੇ ਵਿੱਚ ਬੰਦ ਸੀ, ਕੋਈ ਬੱਚਾ ਖਾ ਲੈਂਦਾ ਜਾਂ ਅਸੀਂ ਖਾ ਲੈਂਦੇ, ਜੇ ਕੋਈ ਬਿਮਾਰ ਹੋ ਜਾਂਦਾ ਤੇ ਵਿਭਾਗ ਨੇ ਤਾਂ ਕੁਛ ਨਹੀਂ ਸੀ ਕਰਨਾ, ਉਹਨਾਂ ਨੇ ਕਹਿਣਾ ਇਹਨਾਂ ਦੀ ਗਲਤੀ ਹੈ, ਇਹਨਾਂ ਨੇ ਬਣਾਇਆ। ਹੁਣ ਤੁਹਾਡੇ ਵੱਲੋਂ ਹੋਰ ਕੀ ਪ੍ਰੋਗਰਾਮ ਲੀਕਿਆ ਜਾ ਰਿਹਾ ਹੈਗਾ? ਹੋਰ ਮੇਰੀ ਜਥੇਬੰਦੀ ਦੱਸੂਗੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਲਵਿੰਦਰ ਕੌਰ ਖੋਸਾ ਜੀ, ਮੈਂ ਡਿਪਟੀ ਜਨਰਲ ਸਕੱਤਰ ਪੰਜਾਬ, ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਏਟਕ ਪੰਜਾਬ। ਕੀ ਇੱਕ ਮਾਮਲਾ ਆਇਆ ਜੀ ਕੱਲ ਖਾਣੇ ਦੇ ਵਿੱਚੋਂ ਕੀੜਾ ਨਿਕਲਿਆ ਹੈਗਾ, ਤੇ ਕੀ ਮਾਮਲਾ ਸਾਰਾ ਉਹ? ਹਾਂਜੀ, ਕੀੜਾ ਨਿਕਲਿਆ ਸਰੇਆਮ, ਜਿਹੜੀ ਕੁੜੀ ਹੈਗੀ ਆ ਬਣਾ ਰਹੀ ਆ ਚਰਨਜੀਤ ਕੌਰ ਧੂੜਕੋਟ, ਉਹਨੇ ਉਹਦੀ ਵੀਡੀਓ ਬਕਾਇਦਾ ਬਣਾਈ ਹੋਈ ਆ, ਉਹਦੀ ਜਦੋਂ ਉਹਨਾਂ ਨੇ ਮਤਲਬ ਵੀਡੀਓ ਪੱਤਰਕਾਰ ਨੂੰ ਦੱਸ ਦਿੱਤਾ ਵੀ ਆਹ ਹੋਇਆ ਤਾਂ ਜਿਹੜਾ ਮਹਿਕਮਾ ਹੈ ਇਸ ਆਪਣੀ ਇਸ ਨਾਕਾਮੀ ਨੂੰ ਲੁਕਾਉਣ ਵਾਸਤੇ ਕੁੜੀ ਦੇ ਰਜਿਸਟਰ ਚੱਕ ਕੇ ਲਿਆ, ਜਿਹੜੀ ਕਿ ਉਸਨੂੰ ਸਿੱਧੀ ਧਮਕੀ ਹੈ। ਜੇ ਉਹ ਗਏ ਆ 6 ਵਜੇ ਗਏ ਆ, 6 ਵਜੇ ਤਾਂ ਕੋਈ ਕੌਕੀ ਨਹੀਂ ਬਣਦੀ, ਜੇ ਉਹਨਾਂ ਨੇ ਚੈੱਕ ਕਰਨੇ ਆ ਸੈਂਟਰ ਤਾਂ ਉਹ ਅੱਜ ਤੋਂ ਕਈ ਮਹੀਨੇ ਪਹਿਲਾਂ ਕਰਦੇ। ਜੋ ਵੀ ਕਾਰਵਾਈਆਂ ਅਸੀਂ ਰਜਿਸਟਰ 'ਤੇ ਪਾਉਣਗੇ ਸਾਡੀਆਂ ਕੁੜੀਆਂ ਨੂੰ ਆਂਗਣਵਾੜੀ ਵਰਕਰਾਂ ਨੂੰ ਦੱਸਣ, ਅਗਰ ਜੇ ਨਹੀਂ ਪਾਉਂਦੇ ਤਾਂ ਉਹ ਆਪਣੇ ਸਾਡੇ 'ਤੇ ਉਦੋਂ ਸ਼ਿਕੰਜਾ ਕੱਸਣ ਵੀ ਆਹ ਕੰਮ ਨਹੀਂ ਕੀਤਾ। ਜੇ ਹੁਣ ਇਹ ਵੀਡੀਓ ਦੇ ਵਿੱਚ ਕੁੜੀ ਨੇ ਇਸ ਖਬਰ ਨੂੰ ਨਰਸ਼ਰ ਕਰ ਦਿੱਤਾ ਤਾਂ ਹੁਣ ਉਸਨੂੰ ਇੱਕ ਧਮਕੀ ਦਿੱਤੀ ਜਾਂਦੀ ਹੈ ਵੀ ਤੂੰ ਸਾਨੂੰ ਦੱਸਣਾ ਸੀ, ਪਹਿਲਾਂ ਕਿਉਂ ਪੱਤਰਕਾਰਾਂ ਨੂੰ ਦੱਸਿਆ,
ਜੋ ਕਿ ਅਸੀਂ ਪਹਿਲਾਂ ਹੀ ਇਹ ਗੱਲ ਨੂੰ ਰੌਲਾ ਪਾ ਰਹੇ ਹਾਂ ਵੀ ਫੀਡ ਸਹੀ ਨਹੀਂ ਆ ਰਹੀ, ਸਹੀ ਨਹੀਂ ਆ ਰਹੀ। ਇਹ ਮਾਮਲਾ ਧਰਮਕੋਟ ਵਿੱਚ ਵੀ ਆਇਆ, ਅਸੀਂ ਇਕੱਠੇ ਹੋਏ, ਅਸੀਂ ਕਿਹਾ ਵੀ ਇਹ ਜਿਹੜਾ ਰਾਸ਼ਨ ਹੈ ਵਧੀਆ ਨਹੀਂ ਹੈਗਾ, ਲਾਭਪਾਤਰੀ ਲੈ ਨਹੀਂ ਰਹੇ। ਤਾਂ ਦਫ਼ਤਰ ਵਾਲਿਆਂ ਕੋਲ ਮਾਰਕਫੈਡ ਦਾ ਬੰਦਾ ਵੀ ਆਇਆ, ਉਹ ਕਹਿੰਦਾ ਐਕਤੀ ਦੀ ਵਾਰੀ ਲੈ ਲਓ ਅਤੇ ਬਾਅਦ ਵਿੱਚ ਇਹੋ ਜਿਹੀ ਫੀਡ ਨਹੀਂ ਆਊਗੀ। ਜਿਹੜੀ ਪਹਿਲਾਂ ਫੀਡ ਆਉਂਦੀ ਸੀ ਦੇਸੀ ਘਿਓ ਦੇ ਵਿੱਚ ਬਣੀ ਆਉਂਦੀ ਸੀ, ਜਿਹੜਾ ਹੁਣ ਇਹਨਾਂ ਨੇ ਘਪਲਾ ਕੀਤਾ ਉਹਦੇ ਵਿੱਚ ਸੁੱਕਾ ਦੁੱਧ ਲਾਇਆ ਹੋਇਆ ਪਨੀਰੀ ਦੇ ਵਿੱਚ ਅਤੇ ਰਿਫੈਂਡ ਪਾਇਆ ਹੋਇਆ, ਉਹ ਕੋਈ ਸਾਡੇ ਲਾਭਪਾਤਰੀਆਂ ਲਈ ਖਾਸ ਮਹੱਤਤਾ ਨਹੀਂ ਰੱਖਦਾ, ਨਾ ਉਹ ਪੌਸ਼ਟਿਕ ਭੋਜਨ ਬਣਦਾ ਹੈ। ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਤੇ ਨਮਕੀਨ ਦਲੀਆ ਜੋ ਬੱਚੇ ਖਾਂਦੇ ਨਹੀਂ ਹੈ, ਕਈ ਵਾਰ ਸਾਨੂੰ ਡੋਲਣਾ ਪੈ ਰਿਹਾ ਹੈ। ਮਜ਼ਬੂਰੀ ਬਸ ਅਸੀਂ ਲੋਕਾਂ ਨੂੰ ਇਹ ਕਹਿ ਕੇ ਦੇ ਦਿੰਦੇ ਹਾਂ ਜੇ ਕੋਈ ਹੋਰ ਸਹੂਲਤ ਆਈ ਤੁਹਾਨੂੰ ਮਿਲਣੀ ਨਹੀਂ ਭਾਈ ਰਾਸ਼ਨ ਲੈ ਜਾਓ, ਜਦੋਂ ਕਿ ਰਾਸ਼ਨ ਬਿਲਕੁਲ ਖਾਣ ਯੋਗ ਨਹੀਂ ਹੈ। ਹੁਣ ਕੀ ਤੁਹਾਡੇ ਵੱਲੋਂ ਮਤਲਬ ਕੀ ਤੁਹਾਡੇ ਤੇ ਇਲਜ਼ਾਮ ਲਾਏ ਜਾ ਰਹੇ ਨੇ ਸੀ ਦੇ ਕੀੜਾ ਵਿੱਚੋਂ ਨਿਕਲਿਆ ਜਾਂ ਖਾਣਾ ਖਰਾਬ ਬਣਿਆ, ਕੀ ਕਾਰਵਾਈ ਕੀਤੀ ਜਾ ਰਹੀ ਹੈ ਡਿਪਾਰਟਮੈਂਟ ਵੱਲੋਂ, ਤੁਹਾਡੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਕਾਰਵਾਈ ਡਿਪਾਰਟਮੈਂਟ ਨੇ ਇਹ ਕੀਤੀ ਹੈ ਕਿ ਕੁੜੀ ਦੇ ਰਜਿਸਟਰ ਲੈ ਆਈ ਵੀ ਕੁੜੀ ਡਰ ਜਾਏਗੀ। ਇਹਦੇ ਨਾਲ ਅਸੀਂ ਡਰਨਾ ਡੁਰਨਾ ਹੈ ਨਹੀਂ, ਨਾ ਸਾਡੀ ਇੱਥੇ ਗਲਤੀ ਹੈਗੀ ਆ, ਇਹ ਗਲਤੀ ਜੇ ਹੈਗੀ ਆ ਤਾਂ ਵਿਭਾਗ ਦੀ ਹੈ, ਕਿਉਂਕਿ ਵਿਭਾਗ ਹੀ ਇਹਨੂੰ ਖਰੀਦੋ ਫਰੋਖਤ ਕਰਦਾ ਹੈਗਾ, ਉਹਨੂੰ ਪਤਾ ਹੋਊਗਾ ਕਿ ਅਸੀਂ ਚੰਗਾ ਖਰੀਦਣਾ ਕਿ ਮੰਦਾ ਖਰੀਦਣਾ ਹੈਗਾ ਵਾ, ਉਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ। ਪਰ ਜੇ ਸਾਡੀ ਕੁੜੀ ਨੂੰ ਕੋਈ ਇਹਨਾਂ ਨੇ ਨੁਕਸਾਨ ਪਹੁੰਚਾਇਆ ਤਾਂ ਜਥੇਬੰਦੀ ਪੁਰ ਜ਼ੋਰ ਮਤਲਬ ਆਪਦਾ ਸੰਘਰਸ਼ ਤੇਜ਼ ਕਰੇਗੀ, ਜਿਹਦੀ ਜ਼ਿੰਮੇਵਾਰੀ ਸਿੱਧੀ ਸਿੱਧੀ CDPO ਦੀ ਹੋਏਗੀ। ਕਿਹੜੀ ਮਤਲਬ ਕਿਹੜੀ ਕੰਪਨੀ ਜਿਹੜੀ ਖਾਣਾ ਪ੍ਰੋਵਾਈਡ ਕਰਦੀ ਹੈ ਭੇਜਦੀ ਹੈ ਜੀ? ਮਾਰਕਫੈਡ ਭੇਜਦੀ ਆ, ਕਿ ਵੇਰਕਾ ਵਾਲੇ ਦਿੰਦੇ ਸੀਗੇ, ਬਹੁਤ ਵਧੀਆ ਖਾਣਾ ਹੁੰਦਾ ਸੀ, ਲੋਕੀ ਵੀ ਖੁਸ਼ ਹੁੰਦੇ ਸੀ। ਹੁਣ ਮਾਰਕਫੈਡ ਨੂੰ ਪਤਾ ਨਹੀਂ ਇਹਨਾਂ ਨੇ ਕਿਹੜੇ ਹਿਸਾਬ ਤਰੀਕੇ ਨਾਲ, ਜਾਂ ਤਾਂ ਆਪਣੇ ਕਮਿਸ਼ਨ ਲਈ ਜਾਂ ਕਿਵੇਂ, ਵਧੀਆ ਖਾਣਾ ਆਉਂਦਾ ਸੀ, ਵਧੀਆ ਲੋਕ ਖੁਸ਼ ਸੀਗੇ। ਜੇ ਸਾਨੂੰ ਕਣਕ ਆਉਂਦੇ ਸੀ, ਚਾਵਲ ਆਉਂਦੇ ਸੀ, ਨਾਲ ਦੁੱਧ ਆਉਂਦਾ ਸੀ, ਖੀਰ ਬਣਦੀ ਸੀ, ਦਲੀਆ ਦੁੱਧ ਵਾਲਾ ਬਣਦਾ ਸੀ, ਜੋ ਬੱਚੇ ਖੁਸ਼ ਹੋ ਕੇ ਖਾਂਦੇ ਸੀ। ਅੱਜ ਅਸੀਂ ਮਹਿਕਮੇ ਨੂੰ ਇਹ ਵੀ ਕਹਿੰਦੇ ਹਾਂ ਵੀ ਕੋਈ CDPO ਹੈ, ਕੋਈ PO ਆ, ਸਾਡੇ ਸੈਂਟਰਾਂ ਦੇ ਵਿੱਚ ਆ ਕੇ ਬੱਚੇ ਨੂੰ ਅਸੀਂ ਖਾਣਾ ਬਣਾਵਾਂਗੇ, ਖਵਾ ਕੇ ਦੇਖਣ ਬੱਚਾ ਖਾਂਦਾ ਕਿ ਨਹੀਂ ਖਾਂਦਾ। ਹੁਣ ਤੁਹਾਡਾ ਅਗਲਾ ਕਦਮ ਕੀ ਹੈ ਜੀ? ਅਗਲਾ ਕਦਮ ਇਹ ਹੈ, ਜੇ ਤਾਂ ਕੁੜੀ ਨਾਲ ਕੀਤੀ ਬੇਇਨਸਾਫੀ ਤਾਂ ਸਾਨੂੰ ਕਿਸੇ ਵੀ ਪੱਧਰ ਤੱਕ ਲੜਾਈ ਲਈ ਜਾ ਸਕਦੀ ਹੈ। ਤੇ ਅੱਜ ਜਿਹੜਾ ਇਹ ਚੇਤਾਵਨੀ ਪੱਤਰ ਮੈਡਮ ਨੂੰ ਇਸੇ ਕਰਕੇ ਦੇਣ ਆਏ ਆ ਵੀ ਮੈਡਮ ਆਪਦਾ ਇਸ ਅਸੀਂ ਫੀਡ ਇਹ ਲੈਣੀ ਨੀ, ਸਾਨੂੰ ਘਰਾਂ ਚੋਂ ਮੋੜਨੀ ਪਈ ਤਾਂ ਅਸੀਂ ਮੋੜਾਂਗੇ, ਤੇ ਜੇ ਸਾਡੀ ਕੁੜੀ ਨੂੰ ਨੁਕਸਾਨ ਪਹੁੰਚਿਆ ਤਾਂ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ, ਜਿਹਦੀ ਜ਼ਿੰਮੇਵਾਰੀ CDPO ਦੀ ਹੋਈ।